अमेरिका ਦੇ ਅੰਦਰ ਤੁਹਾਡੀ ਫੈਨ ਹੈਗੀ ਹੈ ਜਿਹੜੇ ਤੁਹਾਡੇ ਵੀਡੀਓਜ਼ ਵਗੈਰਾ ਦੇਖਦੇ ਹੈ। ਅੱਛਾ ਐਂਜਲਾ 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 ਜਿਹੜੇ ਹੈਗੇ ਨਾ ਉਹ ਤੁਹਾਡੀ ਵੀਡੀਓਜ਼ ਵੀ ਦੇਖਦੇ ਨੇ ਨਾਲ ਉਹਨਾਂ ਦੀ ਜਿਹੜੀ ਪੋਤੀ ਹੈਗੀਆਂ ਉਹ ਵੀ ਨਾਲ ਵੇਖਦੀਆਂ ਨਾ ਵੀਡੀਓ। ਅੱਛਾ ਜੀ ਉਹਨਾਂ ਨੇ ਤੁਹਾਡੇ ਵਾਸਤੇ ਨਾ ਗਿਫਟ ਭੇਜਿਆ ਹੈਗਾ। ਅੱਛਾ ਜੀ ਉਹਨਾਂ ਦਾ ਐਂਜਲ ਦਾ ਸ਼ੁਕਰੀਆ ਅਦਾ ਕਰਨੇ ਉਹਨਾਂ ਨੇ ਸਾਨੂੰ ਯਾਦ ਕੀਤਾ ਹੈ ਉਹਨਾਂ ਗਿਫਟ ਭੇਜਿਆ। ਅਮਰੀਕਾ ਦਾ ਸ਼ਹਿਰ ਹੈਗਾ ਨਿਊਯਾਰਕ ਅਸੀਂ ਤੇ ਇੰਨੇ ਪੈਸੇ ਕਦੀ ਦੇਖੇ ਨਹੀਂ, ਅਸੀਂ ਤੇ ਪਹਿਲੀ ਦਫਾ ਦੇਖੇ ਨੇ, ਉਹਨਾਂ ਸਾਨੂੰ ਇੰਨੇ ਪੈਸੇ ਭੇਜ ਦਿੱਤੇ ਨੇ ਤੇ ਅਸੀਂ ਤੇ ਬਹੁਤ ਖੁਸ਼ ਹੋਏ ਹਾਂ ਵੇਖ ਕੇ ਤੇ ਅੱਲਾ ਉਹਨਾਂ ਨੂੰ ਅਸਤਾ ਵੀ ਜ਼ਿਆਦਾ ਦੇਵੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਹੈ। ਅੱਛਾ ਬਾਜੀ ਉਹਨਾਂ ਨੇ ਕੁਝ ਸਵਾਲ ਪੁੱਛੇ ਨੇ, ਉਹਨਾਂ ਨੇ ਕਿਹਾ ਤੁਹਾਡੀ ਫੇਵਰੇਟ ਡਿਸ਼ ਕਿਹੜੀ ਹੈ ਜਿਹੜੀ ਪਕਾ ਕੇ ਤੁਸੀਂ ਖਾਂਦੇ ਹੋ, ਕਿਹੜੀ ਪਸੰਦ ਹੈ ਤੁਹਾਨੂੰ? ਸਾਡੀ ਡਿਸ਼ ਜਿਹੜੀ ਹੈ ਨਾ ਇੱਧਰ ਦੀ ਸਾਨੂੰ ਪਸੰਦ ਹੈਗੇ ਨੇ ਸਿਰੀ ਪਾਵੇ ਤੇ ਨਾਲ ਉਹਦੇ ਨਾਨ ਅਸੀਂ ਰੱਖਨੇ ਆ ਤੇ ਉਹ ਅਸੀਂ ਖਾਣੇ ਆ, ਉਹ ਸਾਡੀ ਫੇਵਰਿਟ ਡਿਸ਼ ਹੈਗੀ, ਉਹ ਬਹੁਤ ਪਸੰਦ ਅਸੀਂ ਕਰਨੇ ਆ। ਅੱਛਾ ਬਾਜੀ ਉਹ ਪੁੱਛ ਰਹੇ ਨੇ ਕਿ ਤੁਹਾਡੇ ਬੱਚੇ ਕਿੰਨੇ ਹੈ? ਮੇਰੇ ਬੱਚੇ 3 ਬੇਟੀਆਂ ਨੇ 1 ਬੇਟਾ ਹੈ। ਉਹਨਾਂ ਦਾ ਦੂਸਰਾ ਸਵਾਲ ਹੈ ਕਿ ਤੁਸੀਂ ਕੰਮ ਕਰਦੇ ਹੋ? ਹਾਂਜੀ ਮੈਂ ਮਿਹਨਤ ਮਜ਼ਦੂਰੀ ਕਰਨੀ ਹੈ ਲੋਕਾਂ ਦੇ ਘਰਾਂ 'ਚ ਦਫ਼ਤਰਾਂ 'ਚ। ਅੱਛਾ ਤੁਹਾਡੇ ਘਰ 'ਚ ਕਿੰਨੇ ਲੋਕ ਹੈਗੇ? ਮੇਰੇ ਘਰ 'ਚ 4 ਬੱਚੇ ਨੇ, ਮੇਰੇ ਇੱਥੇ 2 ਮੀਆਂ ਬੀਵੀ ਅਸੀਂ ਆ। ਅੱਛਾ ਉਹਨਾਂ ਦਾ ਸਵਾਲ ਹੈਗਾ ਕਿ ਤੁਸੀਂ ਜਿਹੜੇ ਗਾਉਂ 'ਚ ਰਹਿੰਦੇ ਹੋ ਉੱਥੇ ਤਕਰੀਬਨ ਕਿੰਨੇ ਲੋਕ ਹੋਣਗੇ, ਜਾਂ ਕਿ ਤੁਹਾਡਾ ਗਾਉਂ ਛੋਟਾ ਹੈ ਜਾਂ ਵੱਡਾ ਹੈ? ਸਾਡਾ ਗਾਉਂ ਵੱਡਾ ਵੀ ਹੈ ਤੇ ਛੋਟਾ ਵੀ ਹੈ, ਦਰਮਿਆਨਾ ਹੀ ਸਮਝ ਲਓ ਕਿ ਦੁਨੀਆ ਜਿੱਥੇ 250 ਘਰ ਹੋਵੇ 300 ਘਰ ਹੋਵੇ ਇੰਨਾ ਕੀ ਹੈਗਾ ਉਸ ਗਾਉਂ 'ਚ। ਅੱਛਾ ਉਹ ਕਹਿ ਰਹੇ ਨੇ ਕਿ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆਪਣੀ ਖੁਆਇਸ਼ਾਂ ਸਾਨੂੰ ਦੱਸੋ, ਤੇ ਉਹ ਕਹਿ ਰਹੇ ਨੇ ਕੋਈ ਐਸੀ ਚੀਜ਼ ਤੁਹਾਨੂੰ ਜ਼ਰੂਰਤ ਹੈ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਜ਼ਰਾ ਆਸਾਨ ਕਰ ਦੇ। ਸਾਡੇ ਇਹੋ ਹੀ ਖਵਾਹਿਸ਼ ਹੈਗੀ ਹੈ ਕਿ ਸਾਨੂੰ ਬੱਚਿਆਂ ਨੂੰ ਲੈ ਕੀਤਾ ਜਾਏ ਤੇ ਸਾਨੂੰ ਕੋਈ ਕਾਰੋਬਾਰ ਦਿੱਤਾ ਜਾਏ ਜਿਹਦੇ ਨਾਲ ਅਸੀਂ ਆਪਣੇ ਬੱਚਿਆਂ ਦੀਆਂ ਮੁਸ਼ਕਲਾਂ ਆਸਾਨ ਕਰ ਸਕੀਏ ਜਾਂ ਉਹਨਾਂ ਨੂੰ ਕੋਈ ਅਸੀਂ ਪੜ੍ਹਾ ਸਕੀਏ ਲੈ ਕਰ ਸਕੀਏ। ਬਾਜੀ ਇਹ ਐਂਜਲਾ ਸਾਹਿਬਾ ਦੀ ਉਹਨਾਂ ਦੀ ਤਸਵੀਰ ਹੈ ਤੇ ਨਾਲ ਉਹਨਾਂ ਦੇ ਪੋਤੇ ਤੇ ਪੋਤੀਆਂ ਹੈਗੇ, ਬਹੁਤ ਪਿਆਰੀਆਂ ਨੇ, ਬਹੁਤ ਬੱਚੇ ਬਹੁਤ ਖੂਬਸੂਰਤ ਨੇ, ਉਹ ਆਪ ਵੀ ਮਾਸ਼ਾਅੱਲਾ ਬਹੁਤ ਖੂਬਸੂਰਤ ਲੱਗ ਰਹੇ ਨੇ। ਅੱਲਾ ਇਹਨਾਂ ਨੂੰ ਇੰਝ ਖੁਸ਼ ਰੱਖੇ ਤੇ ਆਪਣੀ ਫੈਮਿਲੀ ਦੇ ਵਿੱਚ ਇੰਝ ਹੀ ਪਿਆਰ ਕਰਦੇ ਰਹਿਣ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਅੱਲਾ ਉਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਦੇਵੇ ਤੇ ਸਾਨੂੰ ਯਾਦ ਕਰਦੇ ਰਹਿਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣ, ਚਲਾਉਂਦੇ ਰਹਿਣ। ਇਹਦੇ ਨਾਲ ਅਸੀਂ ਕਰਾਂਗੇ, ਅਸੀਂ ਆਪਣੇ ਬੱਚਿਆਂ ਦੀ ਕੋਈ ਜ਼ਰੂਰਤ ਪੂਰੀ ਕਰਾਂਗੇ, ਕੋਈ ਤਲੀਮ ਤੇ ਲਾਵਾਂਗੇ, ਕੋਈ ਆਪਣੀ ਜ਼ਰੂਰਤ ਪੂਰੀ ਕਰਾਂਗੇ। ਘਰ ਦਾ ਕਿਰਾਇਆ ਵੀ ਦੇਣਾ ਸੀ, ਮੈਂ ਜ਼ਾਰਿਕ ਮੇਰਾ ਕਿਰਾਏ ਦਾ ਘਰ ਸੀ, ਬਿੱਲ ਬਹੁਤ ਆ ਰਹੇ ਨੇ, ਘਰ ਦੇ ਕਿਰਾਏ ਬਹੁਤ ਜ਼ਿਆਦਾ ਹੋ ਗਏ ਨੇ, ਪਾਕਿਸਤਾਨ 'ਚ ਇਸ ਲਈ ਬਹੁਤ ਮੁਸ਼ਕਲ ਹੈਗੀ ਸੀ। ਅੱਲਾ ਉਹਨਾਂ ਨੂੰ ਜ਼ਿਆਦਾ ਦੇਵੇ, ਇਸ ਤੋਂ ਵੀ ਜ਼ਿਆਦਾ ਦੇਵੇ, ਕਿਸੇ ਚੀਜ਼ ਦੀ ਕਮੀ ਨਾ ਹੋਵੇ।